किसान ते परचे दर्ज कराउंदे आ उहदी जिम्मेवारी भी मैं लैना, उह परचा भी मेरे ते दर्ज करन, जेल भी भेजन, मैनू फड़न। किसे किसान नूं इह बीजेपी वाले जिहड़ा पुलिस कंप्लेंटां करदे उहनां नूं जे इहनां ने हत्थ लवाया किसे ने, इदों भी वध गल वधू। ਇਹਨੇ ਸ਼ੀਸ਼ੇ ਭੰਨੇ ਆ। ਜੇ ਤੁਸੀਂ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਆੜਤੀਆਂ ਨੂੰ ਇਹੀ ਫੜਾ ਫੜਾਈ ਕਰਾਉਂਗੇ ਤਾਂ ਫਿਰ ਅਸੀਂ ਵੀ ਆ ਕੇ ਤੁਹਾਡੇ ਨਾਲ ਟੱਕਰਾਂਗੇ। ਮੈਂ ਤੁਹਾਨੂੰ ਸਾਫ਼ ਗੱਲ ਦੱਸ ਦਿੰਦਾ ਕਿ ਬਿੱਟੂ ਦਾ ਬਿਆਨ ਕਿਆ ਮੈਂ ਅਮਰਿੰਦਰ ਸਿੰਘ ਦਾ ਬਿਆਨ ਸਮਝਾਂ? ਜੀ। ਕਿਆ ਇਹ ਕਾਂਗਰਸ ਦਾ ਬਿਆਨ ਹੈ? ਕਾਂਗਰਸ ਦੇ ਅਧਿਕਾਰ ਨੂੰ ਵੀ ਜਵਾਬ ਦੇਣਾ ਚਾਹੀਦਾ ਜਾਖੜ ਜੀ ਨੂੰ ਕਿ ਕਿਆ ਇਹ ਕਾਂਗਰਸ ਦਾ ਅਧਿਕ੍ਰਿਤ ਬਿਆਨ ਹੈ? ਹੈ ਹੀ ਸਚਾਈ ਤੇ ਡੈਥ ਵਾਰੰਟ ਤੁਸੀਂ ਉਹਨਾਂ ਦੇ ਸਾਈਨ ਕੀਤੇ ਆ ਤੇ ਫਿਰ ਮਹੂਟਰ ਮਾਰ-ਮਾਰ ਉਹਨਾਂ ਦੇ ਕੋਲੋਂ ਗੱਡੀਆਂ ਕੱਢਦੇ ਹੋ, ਘੁੱਗੂ ਮਾਰ-ਮਾਰ ਮਿੰਗਦੇ ਹੋ, ਚੜਾਉਂਦੇ ਹੋ ਉਹਨਾਂ ਦੇ ਨੱਕ ਨੂਨ ਛਿੜਕਦੇ ਹੋ। ਤੁਸੀਂ ਕੀ ਸੋਚਦੇ ਹੋ ਵੀ ਸ਼ਹਿਰੀ ਪਿੰਡਾਂ ਵਾਲੇ ਤੋਂ ਅਲੱਗ ਨੇ? ਜੇ ਕੋਈ ਖਰੀਦਦਾਰੀ ਕਰਨ ਆਉਂਦਾ ਤੇ ਉਹ ਪਿੰਡੋਂ ਹੀ ਆਉਂਦਾ, ਪਿੰਡਾਂ ਤੋਂ ਸ਼ਹਿਰ 'ਚ ਆਉਂਦੇ ਖਰੀਦਦਾਰੀਆਂ ਕਰਨ, ਉਹੀ ਆ ਕੇ ਕੱਪੜੇ ਲੈਂਦੇ, ਉਹੀ ਆ ਕੇ ਪੱਗਾਂ ਲੈਂਦੇ, ਉਹੀ ਰੈਸਟੋਰੈਂਟ ਹੋਟਲਾਂ 'ਚ ਖਾਂਦੇ ਪੀਂਦੇ ਨੇ। ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਧਰਨੇ ਨਹੀਂ ਰੋਕਦੇ ਵੀ ਅਸੀਂ ਜੰਮੂ ਕਸ਼ਮੀਰ ਮੰਗੂ, ਜਿਵੇਂ ਉਹਨੂੰ ਜੰਮੂ ਕਸ਼ਮੀਰ ਨੂੰ ਸਟੇਟ ਤੁਸੀਂ ਖੋਈ ਆ, ਯੂਟੀ ਬਣਾਈ ਆ, ਜਾਂ ਉੱਥੇ 370 ਧਾਰਾ ਹਟਾਈ ਆ, ਤੁਸੀਂ ਉਵੇਂ ਪੈਰਾਮਿਲਟਰੀ ਫੋਰਸਿਸ ਤੇ ਫੌਜ ਲਵਾ ਕੇ ਸਾਨੂੰ ਦੱਬਣਾ ਚਾਹੁੰਦੇ ਹੋ? ਜੇ ਤੁਸੀਂ ਮਾੜੇ ਜੇ ਵੀ ਸੱਚੇ ਸੀ ਤਾਂ ਕਿਸਾਨਾਂ ਦੇ ਮੂਹਰੇ ਜਾ ਕੇ ਬੈਠੇ ਹੁੰਦੇ, ਬੀਜੇਪੀ ਦੇ ਜਿੰਨੇ ਵੀ ਪੰਜਾਬ ਦੇ ਤੁਸੀਂ ਲੀਡਰ ਹੋ, ਕਿਉਂ ਨਾ ਉੱਥੇ ਗੁਲਦਸਤੇ ਦੇ ਕੇ ਰਿਸੀਵ ਕੀਤੇ, ਤੁਸੀਂ ਉੱਥੇ ਉਹਨਾਂ ਨੂੰ ਬੇਇੱਜ਼ਤ ਕਰਕੇ ਉਹਨਾਂ ਨੂੰ ਭੇਜਿਆ ਇੱਥੇ? ਅਸੀਂ ਬਿਲਕੁਲ ਉਹਨਾਂ ਨੂੰ ਵਿਧਾਨ ਸਭਾ 'ਚ ਉਹਨਾਂ ਨੂੰ ਰੱਦ ਕਰਾਂਗੇ ਤੇ ਰੱਦੀ ਦੀ ਟੋਕਰੀ ਸਿੱਟਾਂਗੇ। ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਕਾਰਨ ਸਿਆਸਤ ਭੱਖੀ ਹੋਈ ਹੈ। ਪਹਿਲਾਂ ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਪਰ ਹੁਣ ਬਿੱਟੂ ਨੇ ਥੋੜ੍ਹਾ ਯੂ ਟਰਨ ਲਿਆ ਹੈ। ਆਪਣੇ ਫੇਸਬੁੱਕ ਪੇਜ ਤੇ ਬਿੱਟੂ ਨੇ ਲਾਈਵ ਬੋਲਦੇ ਹੋਏ ਕਿਹਾ ਕਿ ਜੇਕਰ ਬੀਜੇਪੀ ਕਿਸੇ ਵੀ ਕਿਸਾਨ ਤੇ ਕੋਈ ਮਾਮਲਾ ਦਰਜ ਕਰਾਵੇਗੀ ਤਾਂ ਉਸ ਦੇ ਬਦਲੇ ਮੈਨੂੰ ਗ੍ਰਿਫਤਾਰ ਕੀਤਾ ਜਾਵੇ। ਨਾਲ ਹੀ ਬਿੱਟੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਅਸੀਂ ਪੰਜਾਬ ਵਿਧਾਨ ਸਭਾ 'ਚ ਰੱਦ ਕਰਾਂਗੇ। ਦੇਖੋ ਤਪਨ ਜੀ, ਜਿਵੇਂ ਤੁਸੀਂ ਵਾਰ ਵਾਰ, ਮੈਂ ਸਮਝਦਾ ਆਪਾਂ ਕਈ ਮਹੀਨਿਆਂ ਤੋਂ ਤਾਂ ਇਹ ਜੱਦੋ ਜਹਿਦ 'ਚ ਲੱਗੇ ਹੋਏ ਹਾਂ। ਪਹਿਲਾਂ ਪਾਰਲੀਮੈਂਟ 'ਚ ਮੈਂ ਬੋਲਿਆ ਸੀ, ਉਹ ਤੋਂ ਲੈ ਕੇ ਹੁਣ ਤੱਕ ਕੋਈ ਸਿਹਤ 'ਤੇ ਫਰਕ ਪਿਆ? ਇਹ ਗੱਲਾਂ ਕਰਦੇ ਆ ਬੀਜੇਪੀ ਵਾਲੇ ਗਵਰਨਰ ਸਾਹਿਬ ਨੂੰ ਮਿਲੇ ਆ, ਪਰਚੇ ਦਰਜ ਕਰਵਾਏ, ਮੈਂ ਤਾਂ ਇਹ ਗੱਲ ਕਹੀ ਆ ਵੀ ਕੋਈ ਵੀ ਜਿਹੜਾ ਕਿਸਾਨ 'ਤੇ ਪਰਚੇ ਦਰਜ ਕਰਾਉਂਦੇ ਆ ਉਹਦੀ ਜ਼ਿੰਮੇਵਾਰੀ ਵੀ ਮੈਂ ਲੈਂਦਾ, ਉਹ ਪਰਚਾ ਵੀ ਮੇਰੇ 'ਤੇ ਦਰਜ ਕਰਨ, ਜੇਲ੍ਹ ਵੀ ਭੇਜਣ, ਮੈਨੂੰ ਫੜਨ। ਕਿਸੇ ਕਿਸਾਨ ਨੂੰ ਇਹ ਬੀਜੇਪੀ ਵਾਲੇ ਜਿਹੜਾ ਪੁਲਿਸ ਕੰਪਲੇਂਟਾਂ ਕਰਦੇ ਉਹਨਾਂ ਨੂੰ ਜੇ ਇਹਨਾਂ ਨੇ ਹੱਥ ਲਵਾਇਆ ਕਿਸੇ ਨੇ, ਇਦੋਂ ਵੀ ਵੱਧ ਗੱਲ ਵਧੂਗੀ। ਹਜੇ ਤਾਂ ਇਕੱਲੇ ਗੱਡੀਆਂ ਦੇ ਸ਼ੀਸ਼ੇ ਭੰਨੇ ਆ। ਜੇ ਤੁਸੀਂ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਆੜਤੀਆਂ ਨੂੰ ਇਹੀ ਫੜਾ ਫੜਾਈ ਕਰਾਉਂਗੇ ਤਾਂ ਫਿਰ ਅਸੀਂ ਵੀ ਆ ਕੇ ਤੁਹਾਡੇ ਨਾਲ ਟੱਕਰਾਂਗੇ। ਮੈਂ ਤੁਹਾਨੂੰ ਸਾਫ਼ ਗੱਲ ਦੱਸ ਦਿੰਦਾ, ਨਾ ਇਹ ਤੰਗ ਕਰੋ। ਇੱਕ ਤਾਂ ਵਿਚਾਰੇ ਉਹ ਆਪਣੇ ਬੱਚਿਆਂ ਨੂੰ, ਆਪਣੇ ਮਾਵਾਂ ਘਰ ਵਾਲੀਆਂ ਨੂੰ ਲੈ ਕੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸਾਰਾ ਕੁਛ ਲੁੱਟਿਆ ਗਿਆ ਸਾਡਾ, ਲੱਗਦਾ ਨਹੀਂ ਹੈ ਹੀ ਸੱਚਾਈ, ਤੇ ਡੈਥ ਵਾਰੰਟ ਤੁਸੀਂ ਉਹਨਾਂ ਦੇ ਸਾਈਨ ਕੀਤੇ ਆ ਤੇ ਫਿਰ ਮਹੂਟਰ ਮਾਰ ਮਾਰ ਉਹਨਾਂ ਦੇ ਕੋਲੋਂ ਗੱਡੀਆਂ ਕੱਢਦੇ ਹੋ, ਘੁੱਗੂ ਮਾਰ ਮਾਰ ਮਿੰਗਦੇ ਹੋ, ਚੜਾਉਂਦੇ ਹੋ ਉਹਨਾਂ ਦੇ ਨੱਕ ਨੂਨ ਛਿੜਕਦੇ ਹੋ। ਤੇ ਇੱਕ ਪਾਸੇ ਬੀਜੇਪੀ ਲੀਡਰ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਸਾਰੇ ਹੀ ਸਤਿਕਾਰਯੋਗ ਨੇ, ਪਰ ਉਹ ਕਹਿੰਦੇ ਜੀ ਇਹ ਲੜਾਈ ਸ਼ਹਿਰ ਵਾਲੇ ਤੇ ਪਿੰਡ ਵਾਲਿਆਂ ਦੀ ਲੜਾਈ ਨਾ ਬਣਾਓ, ਅਸੀਂ ਇਸ ਨੂੰ ਰੋਕਦੇ ਹਾਂ। ਤੁਸੀਂ ਕੀ ਸੋਚਦੇ ਹੋ ਵੀ ਸ਼ਹਿਰੀ ਪਿੰਡ ਵਾਲਿਆਂ ਤੋਂ ਅਲੱਗ ਨੇ? ਜੇ ਕੋਈ ਖਰੀਦਦਾਰੀ ਕਰਨ ਆਉਂਦਾ ਤੇ ਉਹ ਪਿੰਡੋਂ ਹੀ ਆਉਂਦਾ, ਪਿੰਡਾਂ ਤੋਂ ਸ਼ਹਿਰ 'ਚ ਆਉਂਦੇ ਖਰੀਦਦਾਰੀਆਂ ਕਰਨ, ਉਹੀ ਆ ਕੇ ਕੱਪੜੇ ਲੈਂਦੇ, ਉਹੀ ਆ ਕੇ ਪੱਗਾਂ ਲੈਂਦੇ, ਉਹੀ ਰੈਸਟੋਰੈਂਟ ਹੋਟਲਾਂ 'ਚ ਖਾਂਦੇ ਪੀਂਦੇ ਨੇ, ਉਹੀ 70,000 ਕਰੋੜ ਆ ਜਿਹੜਾ ਸਾਰੇ ਪਾਸੇ ਘੁੰਮਦਾ ਏ। ਤੁਸੀਂ ਭੁਲੇਖੇ 'ਚ ਨਾ ਇਹ ਰਹੋ, ਸ਼ਹਿਰ ਵਾਲੇ ਡਟ ਕੇ ਸਾਰੇ ਪਿੰਡਾਂ ਵਾਲਿਆਂ ਦੇ ਨਾਲ ਨੇ, ਉਹੀ ਆੜਤੀ ਏ, ਉਹੀ ਕਿਸਾਨ, ਉਹਨਾਂ ਦੀਆਂ ਕੋਠੀਆਂ ਪਿੰਡਾਂ 'ਚ। ਤੇ ਇਸ ਕਰਕੇ ਤੁਸੀਂ ਇਹ ਗੰਦ ਜਿਹੜਾ ਇਹ ਬੰਦ ਕਰੋ, ਤੇ ਦੂਜਾ ਤੁਸੀਂ ਗਵਰਨਰ ਨੂੰ ਮਿਲ ਕੇ ਆਏ ਹੋ ਵੀ ਇੱਥੇ ਗਵਰਨਰੀ ਰਾਜ ਲਵਾਇਆ ਜਾਵੇ, ਵੀ ਜੇ ਪੰਜਾਬ ਪੁਲਿਸ ਤੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਧਰਨੇ ਨਹੀਂ ਰੋਕਦੇ ਵੀ ਅਸੀਂ ਜੰਮੂ ਕਸ਼ਮੀਰ ਮੰਗੂ, ਜਿਵੇਂ ਉਹਨੂੰ ਜੰਮੂ ਕਸ਼ਮੀਰ ਨੂੰ ਸਟੇਟ ਤੁਸੀਂ ਖੋਈ ਆ, ਯੂਟੀ ਬਣਾਈ ਆ, ਜਾਂ ਉੱਥੇ 370 ਧਾਰਾ ਹਟਾਈ ਆ, ਤੁਸੀਂ ਉਵੇਂ ਪੈਰਾਮਿਲਟਰੀ ਫੋਰਸਿਸ ਤੇ ਫੌਜ ਲਵਾ ਕੇ ਸਾਨੂੰ ਦੱਬਣਾ ਚਾਹੁੰਦੇ ਹੋ? ਇਹ ਪੰਜਾਬ ਆ, ਭਗਤ ਸਿੰਘ ਦੀ ਧਰਤੀ ਆ, ਤੁਸੀਂ ਇਸ ਅੱਗ ਨਾਲ ਨਾ ਖੇਲੋ। ਜੇ ਤੁਸੀਂ ਮਾੜੇ ਜੇ ਵੀ ਸੱਚੇ ਸੀ ਤਾਂ ਕਿਸਾਨਾਂ ਦੇ ਮੂਹਰੇ ਜਾ ਕੇ ਬੈਠੇ ਹੁੰਦੇ, ਬੀਜੇਪੀ ਦੇ ਜਿੰਨੇ ਵੀ ਪੰਜਾਬ ਦੇ ਤੁਸੀਂ ਲੀਡਰ ਹੋ, ਕਿਉਂ ਨਾ ਉੱਥੇ ਗੁਲਦਸਤੇ ਦੇ ਕੇ ਰਿਸੀਵ ਕੀਤੇ, ਤੁਸੀਂ ਉੱਥੇ ਉਹਨਾਂ ਨੂੰ ਬੇਇੱਜ਼ਤ ਕਰਕੇ ਉਹਨਾਂ ਨੂੰ ਭੇਜਿਆ ਇੱਥੇ? ਹੁਣ ਤੁਸੀਂ ਰੋਕ ਲਿਆ ਵਿਧਾਨ ਸਭਾ ਸੈਸ਼ਨ 'ਚ ਸਾਰੇ ਤਿੰਨੋਂ ਦੇ ਤਿੰਨੋਂ ਬਿੱਲ, ਇੱਥੇ ਬਿੱਲਾਂ ਨੂੰ ਅਸੀਂ ਬਿਲਕੁਲ ਉਹਨਾਂ ਨੂੰ ਵਿਧਾਨ ਸਭਾ 'ਚ ਉਹਨਾਂ ਨੂੰ ਰੱਦ ਕਰਾਂਗੇ ਤੇ ਰੱਦੀ ਦੀ ਟੋਕਰੀ ਸਿੱਟਾਂਗੇ। ਤੇ ਤੁਸੀਂ ਇਹ, ਮੈਂ ਇੱਕ ਗੱਲ ਹੋਰ ਕਹਿ ਦਿੰਦਾ ਕਿਸਾਨ ਵੀਰੋ, ਸਾਰੇ ਇਹਨਾਂ ਨੂੰ ਬਿਲਕੁਲ
ਇਹਨਾਂ ਕੋਲ ਕੱਖ ਤਾਕਤ ਨਹੀਂ। ਸਿਰਫ ਜੇ ਤਾਕਤ ਆ ਮੋਦੀ ਦੇ ਮੂਹਰੇ, ਇਹ ਇਹ ਤਾਂ ਗੱਲ ਕਰਨ ਦੀ ਬਜਾਏ ਇਹ ਤਾਂ ਸਿਰ ਨਹੀਂ ਚੱਕ ਸਕਦੇ ਮੋਦੀ ਦੇ ਮੂਹਰੇ, ਪ੍ਰਾਈਮ ਮਿਨਿਸਟਰ ਦੇ ਮੂਹਰੇ ਕਿਸੇ ਦੇ ਕੋਲ ਤਾਕਤ ਨਹੀਂ। ਇਸ ਕਰਕੇ ਜੇ ਗੱਲ ਕਰਨੀ ਹੈ ਤਾਂ ਪ੍ਰਾਈਮ ਮਿਨਿਸਟਰ ਦੇ ਮੂਹਰੇ ਹੋਏਗੀ। ਅੱਗੇ ਹੁਣ ਰਾਜਨਾਥ ਜੀ ਨੂੰ ਲੈ ਆਉਣਗੇ, ਉਹ ਸਭ ਤੋਂ ਵੱਡੇ ਜਿਹੜੇ ਇੱਕ ਮੈਂ ਸਮਝਦਾ ਸਭ ਤੋਂ ਫੇਲ ਡਿਫੈਂਸ ਮਿਨਿਸਟਰ ਨੇ ਜਿਹੜੇ ਚਾਈਨਾ ਸਾਡੇ ਇੱਥੇ ਆ ਬੜੇ ਆ ਉਹਨਾਂ ਦੇ ਹੁੰਦੇ, ਉਹਨਾਂ ਨੂੰ ਭੇਜ ਦੇਣਗੇ। ਹੁਣ ਅਖੀਰਲਾ ਇਹਨਾਂ ਕੋਲ ਸਿੱਕਾ ਉਹ ਆ, ਪਰ ਤੁਸੀਂ ਬਿਲਕੁਲ ਤਕੜੇ ਰਹੋ, ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਤੇ ਨਾ ਇਹਨਾਂ ਦੇ ਪਰਚੇ ਆ ਜਿਹੜੇ ਇਹਨਾਂ ਦੇ ਗੋਲੀਆਂ, ਅਸੀਂ ਪਹਿਲਾਂ ਹਿੱਕਾਂ ਦਿਖਾਵਾਂਗੇ, ਅਸੀਂ ਜੇਲ੍ਹਾਂ 'ਚ ਜਾਵਾਂਗੇ। ਤੁਸੀਂ ਕਿਸਾਨਾਂ ਵੱਲ ਝਾਕ ਕੇ ਵੀ ਦਿਖਾਇਓ, ਪਰਚੇ ਦਰਜ ਕਰਾ ਕੇ ਤੁਸੀਂ। ਇਹ ਇਹ ਕੋਈ ਡਿਕਟੇਟਰਸ਼ਿਪ ਆ ਜਿਹੜਾ ਤੁਹਾਨੂੰ ਮੋਦੀ ਦਾ ਇਹ ਇਹ ਡਰਾਉਣ ਦੀ ਆਦਤ ਪਈ ਹੋਈ ਆ ਨਾ, ਵੀ ਸਾਰੇ ਮੁਲਕ ਨੂੰ ਤੁਸੀਂ ਦੱਬ ਕੇ ਰੱਖਿਆ ਹੋਇਆ, ਉਸੇ ਤਰੀਕੇ ਨਾਲ ਪਰਚੇ ਕਰਵਾ ਕੇ ਮੋਦੀ ਸਾਹਿਬ ਦਾ ਡਰ ਦਿਖਾਉਂਦੇ ਹੋ ਪ੍ਰਧਾਨ ਮੰਤਰੀ ਦਾ? ਬਿਲਕੁਲ ਨਹੀਂ ਅਸੀਂ ਡਰਾਂਗੇ ਬੀਜੇਪੀ ਵਾਲਿਓ। ਜੇ ਤੁਸੀਂ ਪੰਜਾਬੀਆਂ ਦੇ ਨਾਲ ਹੋ, ਪੰਜਾਬ ਦੀ ਗੱਲ ਕਰਦੇ ਹੋ, ਤਾਂ ਇਹਨਾਂ ਦੀ ਗੱਲ ਜਾ ਕੇ ਜੰਤਰ ਮੰਤਰ 'ਚ ਬੈਠੋ, ਪ੍ਰਧਾਨ ਮੰਤਰੀ ਦਰ ਦੇ ਮੂਹਰੇ ਬੈਠੋ, ਤਾਂ ਤੁਹਾਨੂੰ ਕੋਈ ਪੰਜਾਬੀ ਮੰਨੂਗਾ। ਨਹੀਂ ਆਪਣੇ ਘਰਾਂ ਦੇ ਅੰਦਰ ਬੰਦ ਹੋ ਜਾਓ, ਤੁਹਾਨੂੰ ਕਿਸੇ ਨੇ ਬਾਹਰ ਨਹੀਂ ਨਿਕਲਣ ਦੇਣਾ, ਅਸੀਂ ਧਮਕੀ ਨਹੀਂ ਦਿੰਦੇ। ਪਰ ਤੁਸੀਂ ਜਦੋਂ ਗਦਾਰੀ ਕਰ ਰਹੇ ਹੋ, ਜਦੋਂ ਤੁਸੀਂ ਉਹਨਾਂ ਦੀ ਬੋਲੀ ਬੋਲ ਰਹੇ ਹੋ, ਇਹਨਾਂ ਦੇ ਮੰਤਰੀ ਉਰੇ ਲਿਆ ਕੇ ਨਕਲੀ ਪੰਜਾਬੀ ਆ ਪੁਰੀ ਵਰਗੇ, ਉਹਨਾਂ ਤੋਂ ਤੁਸੀਂ ਇਹ ਰੋਜ਼ ਸਾਡਾ ਮਜ਼ਾਕ ਉਡਾਉਂਦੇ ਹੋ, ਇਹ ਅਸੀਂ ਬਰਦਾਸ਼ਤ ਨਹੀਂ ਕਰਨਾ। ਮਸਾਂ ਅਸੀਂ ਸ਼ਾਂਤੀ ਲਿਆਂਦੀ ਆ ਪੰਜਾਬ 'ਚ, ਬਹੁਤ ਵੱਡੀਆਂ ਅੱਗਾਂ 'ਚੋਂ ਕੱਢ ਕੇ ਪੰਜਾਬ ਲਿਆਂਦਾ, ਇਹਨੂੰ ਨਾ ਅੱਗ ਲਾਓ ਦੁਬਾਰਾ, ਨਾ ਅੱਗ ਲਾਓ ਦੁਬਾਰਾ। ਤੇ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਚੱਲ ਕੇ ਬੀਜੇਪੀ ਵਾਲੇ ਜਿਹੜੇ ਲੀਡਰ ਨੇ, ਚਾਹੇ ਮਦਨ ਮੋਹਨ ਮਿੱਤਲ ਜੀ ਨੇ, ਪੁਰਾਣੇ ਲੀਡਰ ਨੇ ਕਾਲੀਆ ਜੀ ਨੇ, ਸੋਮ ਪ੍ਰਕਾਸ਼ ਜੀ ਨੇ, ਸੰਪਲਾ ਸਾਹਿਬ ਨੇ, ਸਾਰੇ ਪੁਰਾਣੇ ਲੀਡਰ ਅੱਗੇ ਲੱਗਣ, ਜਾ ਕੇ ਦੱਸਣ ਪੰਜਾਬ ਦੀ ਸਥਿਤੀ ਵੀ ਸੱਚ ਕੀ ਆ, ਤੇ ਕਿਸਾਨਾਂ ਦੇ ਨਾਲ ਖੜਨ। ਤੇ ਮੈਂ ਸਮਝਦਾ ਤੁਹਾਨੂੰ ਕੋਈ ਪੱਥਰ ਨਹੀਂ ਮਾਰੂਗਾ, ਕੋਈ ਤੁਹਾਨੂੰ ਉਹੀ ਨਹੀਂ ਕਹੂਗਾ, ਪਰ ਜਦੋਂ ਤੁਸੀਂ ਉਹਨਾਂ ਦੇ ਨੂਣ ਛਿੜਕੋਗੇ, ਹੂਟਰ ਮਾਰ ਮਾਰ ਪੁਲਿਸ ਵਾਲੀਆਂ ਗੱਡੀਆਂ ਉਹਨਾਂ ਦੇ ਮੂਹਰੋਂ ਸਵੇਰੇ ਕੱਢੋਗੇ, ਸ਼ਾਮ ਨੂੰ ਕੱਢੋਗੇ, ਪ੍ਰੈਸ ਕਾਨਫਰੰਸਾਂ ਉਲਟ ਕਰੋਗੇ, ਤਾਂ ਫਿਰ ਭਾਈ ਕੁਛ ਨਾ ਕੁਛ ਉਹ ਵੀ ਉਹਨਾਂ ਦੇ ਹੱਥਾਂ 'ਚ ਵੀ ਚੂੜੀਆਂ ਨਹੀਂ ਪਾਈਆਂ ਹੋਣੀਆਂ। ਉਧਰ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰਵਨੀਤ ਬਿੱਟੂ ਨੂੰ ਮੋੜਮਾ ਜਵਾਬ ਦਿੱਤਾ ਹੈ। ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਬਿੱਟੂ ਦੇ ਬਿਆਨ ਤੇ ਜਵਾਬ ਮੰਗਿਆ। ਇਹ ਕੇਵਲ ਔਰ ਕੇਵਲ ਕਾਂਗਰਸ ਦਾ ਖੇਲ ਹੈ ਜੀ, ਕਿਸਾਨਾਂ ਦੀ ਆੜ ਚ ਛੁੱਟ ਰਹੀ ਹੈ, ਔਰ ਸੰਸਦ ਸਦਸਿਆਂ ਨੂੰ ਇਸ ਪ੍ਰਕਾਰ ਦੀ ਭੜਕਾਊ ਬਿਆਨ ਦੇ ਕੇ ਉਹ ਕੱਢਣਾ ਕੀ ਚਾਹੁੰਦੇ ਨੇ ਜੀ, ਕੱਢਣਾ ਕੀ ਚਾਹੁੰਦੇ ਨੇ ਜੀ। ਬਿੱਟੂ ਕਹਿੰਦਾ ਵੀ ਇਹ ਗਵਰਨਰ ਰਾਜ ਲਵਾ ਕੇ ਪੰਜਾਬ ਦੇ ਵਿੱਚ ਬੀਜੇਪੀ ਡਰਾਉਣਾ ਚਾਹੁੰਦੀ ਆ ਪੰਜਾਬੀਆਂ ਨੂੰ। ਉਹ ਕਾਂਗਰਸ ਦਾ ਕਲਚਰ ਹੈ, ਕਾਂਗਰਸ ਨੇ ਕਿੰਨੀ ਵਾਰ ਪੰਜਾਬ ਦੇ ਅੰਦਰ ਚੁਣੀ ਹੋਈ ਆ ਸਰਕਾਰਾਂ ਦੇ ਉੱਤੇ 356 ਦਾ ਪ੍ਰਯੋਗ ਕੀਤਾ, ਬੀਜੇਪੀ ਦਾ ਰਿਕਾਰਡ ਨਹੀਂ ਆ ਜੀ, ਉਹ ਇਹਨਾਂ ਦਾ ਰਿਕਾਰਡ ਆ ਜੀ ਜੀ। ਔਰ ਇਹਨਾਂ ਨੂੰ ਆਪਣੇ ਜਿਹੜੇ ਕੀਤੇ ਹੋਏ ਪਾਪ ਜਿਹੜੇ ਆ ਨਾ ਉਹ ਯਾਦ ਆਉਂਦੇ ਆ ਜੀ। ਭਾਰਤੀ ਜਨਤਾ ਪਾਰਟੀ ਦੀ ਜਦੋਂ ਕਿਸੇ ਵੀ ਸਰਕਾਰ ਨੇ ਕਦੀ ਵੀ 356 ਦਾ ਦੁਰਪਯੋਗ ਨਹੀਂ ਕੀਤਾ ਹੈਗਾ ਜੀ, ਲੇਕਿਨ ਪੰਜਾਬ ਦੇ ਅੰਦਰ ਦੁਨੀਆ ਹੋਈਆਂ ਸਰਕਾਰਾਂ ਨੂੰ ਇਹਨਾਂ ਦੀ ਕੇਂਦਰ ਦੀ ਸਰਕਾਰ ਨੇ, ਕਾਂਗਰਸ ਦੀ ਸਰਕਾਰ ਨੇ ਅਨੇਕ ਵਾਰ ਚੁਣਾਵ 'ਚ ਝੋਕਿਆ ਔਰ 356 ਦਾ ਦੁਰਪਯੋਗ ਕੀਤਾ ਹੈ, ਪੰਜਾਬ 'ਚ ਨਹੀਂ ਪੂਰੇ ਦੇਸ਼ 'ਚ ਕੀਤਾ ਜੀ। ਬੋਲਣ ਤੋਂ ਪਹਿਲਾਂ ਉਹ ਇਤਿਹਾਸ ਪੜ੍ਹ ਲੈਣ ਆਪਣਾ ਜੀ। ਪ੍ਰਧਾਨ ਜੀ ਜਿਹੜੀ ਗੱਲ ਉਹ ਕਹਿ ਰਹੇ ਨੇ ਵੀ ਹੁਣ ਤਾਂ ਗੱਡੀਆਂ ਦੇ ਸ਼ੀਸ਼ੇ ਭੰਨੇ ਨੇ, ਬਾਅਦ 'ਚ ਅਸੀਂ ਸਿੱਧੇ ਹੋ ਕੇ ਟੱਕਰਾਂਗੇ, ਤੁਸੀਂ ਇਸ ਬਾਰੇ ਕੀ? ਐਸਾ ਮੈਂ ਇੱਥੇ ਕੱਲ ਕਹਿਤਾ, ਉਹਨਾਂ ਨੂੰ ਇੰਨੀ ਯੋਜਨਾ ਬਣਾਉਣ ਦੀ ਜ਼ਰੂਰਤ ਨਹੀਂ ਹੈ ਜੀ। ਅਗਰ ਪੰਜਾਬ ਦਾ ਅਮਨ ਔਰ ਸ਼ਾਂਤੀ ਬੀਜੇਪੀ ਦੇ ਲੋਕਾਂ ਦੇ ਖੂਨ ਦੇ ਨਾਲ ਬਣੀ ਰਹਿ ਸਕਦੀ ਹੈ, ਤੇ ਬਿੱਟੂ ਇੰਨੀ ਪਲੈਨਿੰਗ ਕਿਉਂ ਕਰਦਾ? ਸਾਨੂੰ ਦੱਸੇ ਕਿਹੜੀ ਜਗ੍ਹਾ ਤੇ ਆਉਣਾ, ਅਸੀਂ ਆ ਜਾਂਦੇ ਹਾਂ ਜੀ। ਲੇਕਿਨ ਪੰਜਾਬ ਦੇ ਅੰਦਰ ਇਸ ਪ੍ਰਕਾਰ ਦੇ ਭੜਕਾਊ ਭਾਸ਼ਣ ਦੇਣਾ, ਇਸ ਪ੍ਰਕਾਰ ਦੀ ਭੜਕਾਊ ਭਾਸ਼ਾ ਬੋਲਣਾ ਜੀ, ਪੰਜਾਬ ਦੇ ਅਮਨ ਔਰ ਸ਼ਾਂਤੀ ਨੂੰ ਭੰਗ ਕਰਨ ਵਾਲੇ ਬਿਆਨ ਦੇਣਾ, ਇੱਕ ਸੰਸਦ ਸਦੱਸਿਆ ਨੂੰ ਸ਼ੋਭਾ ਨਹੀਂ ਦਿੰਦੇ। ਔਰ ਮੈਨੂੰ ਲੱਗਦਾ ਕਿ ਅਮਰਿੰਦਰ ਦੀ ਸਰਕਾਰ ਨੂੰ ਔਰ DGP ਨੂੰ ਇਹਦੇ ਤੇ ਕੋਈ ਨਾ ਕੋਈ ਆਪਣਾ ਪੱਖ ਜਿਹੜਾ ਕਿ ਬਿੱਟੂ ਦਾ ਬਿਆਨ ਕਿਆ ਮੈਂ ਅਮਰਿੰਦਰ ਸਿੰਘ ਦਾ ਬਿਆਨ ਸਮਝਾਂ ਜੀ, ਕਿਆ ਇਹ ਕਾਂਗਰਸ ਦਾ ਬਿਆਨ ਹੈ? ਕਾਂਗਰਸ ਦੇ ਅਧਿਕਸ਼ ਨੂੰ ਵੀ ਜਵਾਬ ਦੇਣਾ ਚਾਹੀਦਾ ਜਾਖੜ ਜੀ ਨੂੰ ਕਿ ਕਿਆ ਇਹ ਕਾਂਗਰਸ ਦਾ ਅਧਿਕ੍ਰਿਤ ਬਿਆਨ ਹੈ ਜੀ। ਬਹੁਤ ਬਹੁਤ ਧੰਨਵਾਦ। ਕਾਂਗਰਸ ਤੇ ਬੀਜੇਪੀ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ। ਇੱਕ ਪਾਸੇ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹ ਪਈਆਂ ਹੋਈਆਂ ਨੇ, ਦੂਜੇ ਪਾਸੇ ਸਿਆਸੀ ਲੀਡਰ ਚੀਚੀ ਨੂੰ ਲਹੂ ਲਗਾ ਕੇ ਸ਼ਹੀਦ ਹੋਣ ਲਈ ਤਰਲੋ ਮਸ਼ੀ ਹੋਏ ਪਏ ਨੇ। ਵਿਊਰੋ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।